ਚੋਰਾਂ ਨੇ ਰੱਬ ਦੇ ਘਰ ਨੂੰ ਬਣਾਇਆ ਨਿਸ਼ਾਨਾ। ਪਿੰਡ ਘੁੱਦਾ ਦੇ ਪ੍ਰਾਚੀਨ ਮੰਦਿਰ ਵਿੱਚ ਲੱਗੇ ਗੋਲਕ ਦੇ ਜਿੰਦਰੇ ਭੰਨ ਕੇ ਚੋਰ ਨਗਦੀ ਲੈ ਕੇ ਹੋਏ ਫਰਾਰ। ਦੱਸ ਦਈਏ ਕਿ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਘੁੱਦਾ ਦੇ ਖੇਤਾਂ ਵਿੱਚ ਬਾਦਲ ਰੋਡ 'ਤੇ ਬਣੇ ਪ੍ਰਾਚੀਨ ਮੰਦਿਰ ਵਿੱਚ ਚੋਰਾਂ ਵੱਲੋਂ ਗੋਲਕਾਂ ਦੇ ਜਿੰਦਰੇ ਤੋੜ ਕੇ ਨਗਦੀ ਲੈ ਕੇ ਫਰਾਰ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਮਾਤਾ ਦੇ ਭਗਤਾਂ ਨੇ ਦੱਸਿਆ ਹੈ ਕਿ ਜਦੋਂ ਉਹ ਅੱਜ ਸਵੇਰ ਮੰਦਿਰ ਵਿੱਚ ਮੱਥਾ ਟੇਕਣ ਗਏ ਤਾਂ ਪਤਾ ਲੱਗਿਆ ਕਿ ਮੰਦਿਰ ਵਿੱਚ ਲੱਗੇ ਗੋਲਕਾਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਗੋਲਕਾਂ ਵਿੱਚੋਂ ਨਗਦੀ ਗਾਇਬ ਸੀ। ਉਹਨਾਂ ਦੱਸਿਆ ਹੈ ਕਿ ਇਸ ਮੰਦਿਰ ਵਿੱਚ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਲੇਕਿਨ ਥਾਣਾ ਆਨੰਦਗੜ੍ਹ ਦੀ ਪੁਲਿਸ ਦੇ ਹੱਥ ਖਾਲੀ ਹਨ। ਮੰਦਿਰ ਦੇ ਭਗਤਾਂ ਨੇ ਥਾਣਾ ਆਨੰਦਗੜ੍ਹ ਦੀ ਪੁਲਿਸ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਲਾਖਾਂ ਪਿੱਛੇ ਦਿੱਤਾ ਜਾਵੇ। ਇਹ ਪਿੰਡ ਘੁੱਦਾ ਵਿਖੇ ਮਹਾਮਾਈ ਦਾ ਪ੍ਰਾਚੀਨ ਮੰਦਿਰ ਬਣਿਆ ਹੋਇਆ ਜੀ। ਜਦੋਂ ਆਪਾਂ ਪਿੰਡ ਘੁੱਦਾ ਤੋਂ ਆਨੰਦਗੜ੍ਹ ਨੂੰ ਜਾਂਦੇ ਹਾਂ ਤਾਂ ਖੇਤਾਂ ਦੇ ਵਿੱਚ ਇਹ ਮਹਾਮਾਈ ਦਾ ਮੰਦਿਰ ਬਣਿਆ ਹੋਇਆ ਹੈ। ਇਸ ਮੰਦਿਰ ਦੇ ਵਿੱਚ ਪਿਛਲੇ 1 ਮਹੀਨੇ ਤੋਂ ਲਗਾਤਾਰ ਹੀ ਚੋਰੀਆਂ ਹੋ ਰਹੀਆਂ ਹਨ। ਬੀਤੀ ਰਾਤ ਵੀ ਚੋਰਾਂ ਵੱਲੋਂ ਇੱਥੇ ਮਹਾਮਾਈ ਦੇ 2 ਗੋਲਕ ਲੱਗੇ ਹੋਏ ਹਨ। ਇਹਨਾਂ ਦੇ ਵਿੱਚੋਂ ਜਿੰਦਰੇ ਭੰਨ ਕੇ ਨਗਦੀ ਲੈ ਕੇ ਚੋਰ ਫਰਾਰ ਹੋ ਗਏ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਚੋਰਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਦਿੱਤਾ ਜਾਵੇ। ਸਾਨੂੰ ਅੱਜ ਉਸ ਟਾਈਮ ਪਤਾ ਲੱਗਿਆ ਜਦੋਂ ਅੱਜ ਅਸੀਂ ਸਵੇਰੇ ਇੱਥੇ ਆਪਣਾ ਮੱਥਾ ਟੇਕਣ ਆਏ, ਮਹਾਮਾਈ ਤੋਂ ਆਸ਼ੀਰਵਾਦ ਲੈਣ ਆਏ ਤਾਂ ਦੋਨੇ ਗੱਲੇ ਭੰਨੇ ਹੋਏ ਸਨ, ਜਿੰਦਰੇ ਤੋੜੇ ਹੋਏ ਸਨ, ਉਹਨਾਂ ਵਿੱਚੋਂ ਨਗਦੀ ਗਾਇਬ ਸੀਗੀ। ਲੇਕਿਨ ਪੁਲਿਸ ਪ੍ਰਸ਼ਾਸਨ ਦੇ ਹੱਥ ਬਿਲਕੁਲ ਖਾਲੀ ਆ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕਰਦੇ ਹਾਂ ਕਿ ਇਹਨਾਂ ਚੋਰਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਦਿੱਤਾ ਜਾਵੇ ਤਾਂ ਜੋ ਕਿ ਅੱਗੇ ਤੋਂ ਕੋਈ ਵੀ ਚੋਰ ਇਸ ਤਰ੍ਹਾਂ ਦੇ ਧਾਰਮਿਕ ਸਥਾਨ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਨਾ ਕਰੇ। ਲੇਕਿਨ ਪੁਲਿਸ ਪ੍ਰਸ਼ਾਸਨ ਦੇ ਹੱਥ ਬਿਲਕੁਲ ਖਾਲੀ ਦਿਖਾਈ ਦੇ ਰਹੇ ਨੇ। ਅੱਜ ਤੱਕ ਕਿਸੇ ਵੀ ਚੋਰ ਨੂੰ ਨਹੀਂ ਫੜਿਆ ਗਿਆ। ਲਗਾਤਾਰ ਹੀ ਇਸ ਮੰਦਿਰ ਦੇ ਵਿੱਚ ਚੋਰੀਆਂ ਹੋ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਦਿੱਤਾ ਜਾਵੇ।